ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਓ, ਇਸ ਸ਼ਬਦ ਦਾ ਉਚਾਰਨ ਕੀਤਾ ਹੈ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ, ਔਰ ਇਸ ਸ਼ਬਦ ਦਾ ਗਾਇਨ ਕੀਤਾ ਹੈ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਨੇ। ਔਰ ਅੱਜ ਅਸੀਂ ਇਸ ਸ਼ਬਦ ਨੂੰ ਭੈਣਾਂ ਦੇ ਸਕੇਲ ਦੇ ਉੱਪਰ ਬਿਲਕੁਲ ਸਲੋ ਸਲੋ ਸਿੱਖਾਂਗੇ ਜੀ। ਪਹਿਲਾਂ ਮੈਂ ਇਸ ਸ਼ਬਦ ਦੀ ਵੀਡੀਓ ਵੀਰਾਂ ਦੇ ਸਕੇਲ ਦੇ ਉੱਪਰ ਅਪਲੋਡ ਕਰ ਚੁੱਕਾ ਹਾਂ ਜੀ, ਅੱਜ ਅਸੀਂ ਭੈਣਾਂ ਦੇ ਸਕੇਲ ਦੇ ਉੱਪਰ ਇਸ ਵੀਡੀਓ ਨੂੰ ਸੁਣਾਂਗੇ ਜੀ। ਔਰ ਇਸ ਸ਼ਬਦ ਦੇ ਦੋ ਅੰਤਰੇ ਮੈਂ ਆਪਣੇ ਸਕੇਲ ਦੇ ਉੱਪਰ ਸੰਪੂਰਨ ਗਾਇਨ ਕਰਾਂਗਾ ਜੀ, ਉਸ ਨੂੰ ਸੁਣਨ ਤੋਂ ਬਾਅਦ ਤੁਸੀਂ ਇਸ ਸ਼ਬਦ ਨੂੰ ਸਿੱਖਣਾ ਹੈ ਜੀ। ਅਗਰ ਤੁਸੀਂ ਹੁਣ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟਸ ਕਰੋ, ਔਰ ਬੈੱਲ ਦੇ ਬਟਨ ਨੂੰ ਜ਼ਰੂਰ ਦਬਾਓ ਜੀ, ਤਾਂ ਕਿ ਆਉਣ ਵਾਲੀਆਂ ਸ਼ਬਦਾਂ ਦੀਆਂ ਵੀਡੀਓਸ ਤੁਹਾਡੇ ਤੱਕ ਉਹਨਾਂ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ। ਸ਼ੁਰੂ ਕਰਦੇ ਹਾਂ। ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਨ ਤੇ ਆਪ ਛਡਾਵੋ, ਇਨ ਤੇ ਆਪ ਛਡਾਵੋ, ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਨ ਤੇ ਆਪ ਛਡਾਵੋ, ਇਨ ਤੇ ਆਪ ਛਡਾਵੋ, ਇਨ ਤੇ ਆਪ ਛਡਾਵੋ।
ਆਪ ਜਨਾਵੋ ਹਰ ਜਨ ਮੰਗਲ ਗਾਵੋ। ਜਨਾਵੋ ਹਰ ਜਨ ਮੰਗਲ ਗਾਵੋ, ਹਰ ਜਨ ਮੰਗਲ ਗਾਵੋ, ਤੇ ਆਪ ਛਡਾਵੋ, ਕਿੰਤੇ ਆਪ ਛਡਾਵੋ, ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਇਨ ਤੇ ਆਪ ਛਡਾਵੋ, ਇਨ ਤੇ ਆਪ ਛਡਾਵੋ। ਇਸ ਸ਼ਬਦ ਦਾ ਸਕੇਲ ਜੋ ਮੈਂ ਭੈਣਾਂ ਵਾਸਤੇ ਰੱਖਿਆ ਹੈ ਜੀ, ਇਹ ਹੈ ਮੰਦਰ ਸਪਤਕ ਦਾ ਚੌਥਾ ਕਾਲਾ। ਇਸ ਸ਼ਬਦ ਦੀ ਜੋ ਕੰਪੋਜੀਸ਼ਨ ਹੈ ਕਾਫੀ ਹਾਈ ਪਿੱਚ ਤੱਕ ਜਾਂਦੀ ਹੈ, ਇਸ ਲਈ ਮੈਂ ਇਸ ਨੂੰ ਪੰਜਵੇਂ ਕਾਲੇ ਦੀ ਬਜਾਏ ਚੌਥੇ ਕਾਲੇ 'ਤੇ ਹੀ ਰੱਖਿਆ ਹੈ, ਕਿਉਂਕਿ ਤਾਂ ਵੀ ਇਸ ਸ਼ਬਦ ਦੀ ਜੋ ਹਾਈ ਪਿੱਚ ਹੈ ਇਹ ਮੱਧ ਸਪਤਕ ਦੇ ਪੰਜਵੇਂ ਕਾਲੇ ਤੱਕ, ਸਾਢੇ ਪੰਜਵੇਂ ਤੱਕ ਇਹ ਕੰਪੋਜੀਸ਼ਨ ਜੋ ਜਾਂਦੀ ਹੈ। ਜਿਹੜੀਆਂ ਮੇਰੀਆਂ ਭੈਣਾਂ ਇਸ ਸਕੇਲ ਤੱਕ ਆਸਾਨੀ ਨਾਲ ਗਾ ਸਕਦੀਆਂ ਨੇ ਉਹ ਇਸ ਸ਼ਬਦ ਨੂੰ ਬਿਲਕੁਲ ਬਹੁਤ ਹੀ ਆਸਾਨੀ ਨਾਲ ਸਿੱਖ ਸਕਦੀਆਂ ਹਨ ਜੀ, ਔਰ ਗਾਇਨ ਕਰ ਸਕਦੀਆਂ ਹਨ। ਇਸ ਸ਼ਬਦ ਨੂੰ ਅਸੀਂ ਤੀਨ ਤਾਲ ਤਾਲ ਦੇ ਵਿੱਚ ਗਾਇਨ ਕਰਨਾ ਹੈ ਜੀ। ਸ਼ਬਦ ਦੀ ਜੋ ਪਹਿਲਾ ਅੰਤਰਾ ਹੈ ਇਹ ਸਟਾਰਟ ਹੁੰਦਾ ਹੈ ਜੀ,
ਮੱਧ ਸਪਤਕ ਦੇ ਦੂਸਰੇ ਕਾਲੇ ਤੋਂ ਇਹ ਜੋ ਇੱਥੇ ਆਏਗਾ ਇਹ ਪੀਤਰ ਜੋ ਉੱਪਰ ਆਏਗਾ ਇਹ ਪੀਤਰ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ ਇਨ ਦੂਸਰਾ ਅੰਤਰਾ ਹੈ ਜੀ ਇਹ ਥੋੜ੍ਹਾ ਆਸਾਨ ਹੈ ਇਹ ਜੋ ਸਟਾਰਟ ਹੋਏਗਾ ਇਹ ਮੱਧ ਸਪਤਕ ਦੇ ਚੌਥੇ ਕਾਲੇ ਤੋਂ ਸਟਾਰਟ ਹੋਏਗਾ ਆਪਣੀ ਬਿੱਦ ਆਪਣੀ ਬਿੱਦ ਜਾਨੋ ਹਰ ਜਨ ਮੰਗਲ ਗਾਵੋ ਆਪਣੀ ਬਿੱਦ ਆਪ ਜਨਾਵੋ ਹਰ ਜਨ ਮੰਗਲ ਗਾਵੋ ਹਰੇ ਜਨ ਮੰਗਲ ਗਾਵੋ ਅੰਤਰੇ ਵੀ ਜੋ ਦੋਨੋਂ ਹਨ ਉਹ ਵੀ ਇਸੇ ਚੌਥੇ ਕਾਲੇ ਤੋਂ ਆਉਣਗੇ ਬਿਸਰ ਨਹੀਂ ਕਬਹੂੰ ਹੀਰੇ ਤੇ ਇਹ ਬਿੱਦ ਮਨ ਮੈਂ ਪਾਵੋ ਬਿਸਰ ਨਹੀਂ ਕਬਹੂੰ ਬਿਸਰ ਨਹੀਂ ਕਬਹੂੰ ਹੀਰੇ ਤੇ ਇਹ ਬਿੱਦ ਮਨ ਮੈਂ ਲਾਈਨ ਕਲੀਅਰ ਨਹੀਂ ਹੋਈ ਜੀ ਦੁਬਾਰਾ ਦੇਖਣਾ ਪਹਿਲੀ ਲਾਈਨ ਬਿਸਰ ਨਹੀਂ ਇੱਥੋਂ ਤੱਕ ਹੀ ਰਹਿਣਾ ਹੈ ਬਿਸਰ ਨਹੀਂ ਕਬਹੂੰ ਹੀਏ ਤੇ ਇਹ
ਬਿਦ ਮਨ ਮੈਂ ਪਾਵੋ, ਇਹ ਬਿਦ ਮਨ ਮੈਂ ਪਾਵੋ, ਜਨ ਨਾਨਕ ਕਤਹੇ ਨਾ ਤਾਵੋ। ਜਨ ਨਾਨਕ ਨੂੰ ਹਲਕਾ ਜਿਹਾ ਐਡਜਸਟ ਕਰਨਾ ਹੈ, ਜਲਦੀ ਕਹਿਣਾ ਹੈ ਜੀ। ਗੁਰ ਪੂਰਾ ਪੇਟਿਓ ਵੱਡ ਪਾਗੀ, ਜਨ ਨਾਨਕ ਕਤਹੇ ਨਾ ਤਾਵੋ। ਜਨ ਨਾਨਕ, ਜਲਦੀ ਥੋੜਾ ਜਿਹਾ ਕਹਿਣਾ ਹੈ, ਜਨ ਨਾਨਕ ਕਤਹੇ ਨਾ ਤਾਵੋ। ਇਹ ਬਿਲਕੁਲ ਅਸੀਂ ਸਲੋ ਸਲੋ ਇਸ ਸ਼ਬਦ ਨੂੰ ਸਿੱਖਿਆ ਹੈ ਜੀ। ਅਸੀਂ ਆਪਣੀ ਮਰਜ਼ੀ ਦੇ ਮੁਤਾਬਕ ਇਸ ਦਾ ਜੋ ਰਿਦਮ ਹੈ ਉਹਨੂੰ ਵਧਾਉਣਾ ਹੈ ਜੀ। ਜਿਸ ਰਿਦਮ ਦੇ ਉੱਪਰ ਅਸੀਂ ਬਿਲਕੁਲ ਆਰਾਮ ਦੇ ਨਾਲ, ਆਸਾਨੀ ਦੇ ਨਾਲ ਸ਼ਬਦ ਨੂੰ ਗਾਇਨ ਕਰ ਸਕਦੇ ਹਾਂ, ਉੱਥੋਂ ਤੱਕ ਅਸੀਂ ਇਸ ਸ਼ਬਦ ਦਾ, ਕਿਸੇ ਵੀ ਸ਼ਬਦ ਦਾ ਜੋ ਰਿਦਮ ਹੈ ਉਸਨੂੰ ਅਸੀਂ, ਤਬਲੇ ਦੀ ਤਾਲ ਜੋ ਹੈ ਉਸਨੂੰ ਅਸੀਂ ਆਪਣੇ ਹਿਸਾਬ ਨਾਲ ਐਡਜਸਟ ਕਰਨਾ ਹੈ ਜੀ। ਭੁੱਲਾਂ ਚੁੱਕਾਂ ਦੀ ਮੁਆਫ਼ੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।